ਖਬਰ ਮਜੀਠੀਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਬਿਕਰਮ ਸਿੰਘ ਮਜੀਠੀਆ ਨੇ ਆਪਣੇ ਅੰਦਾਜ਼ ਦੇ ਵਿੱਚ ਭਗਵੰਤ ਮਾਨ ਨੂੰ ਘੇਰਿਆ ਅਤੇ ਉਹਨਾਂ ਨੂੰ ਕਾਨੂੰਨ ਨੂੰ ਲੈ ਕੇ ਕੁਝ ਸਵਾਲ ਪੁੱਛੇ ਨੇ। ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਪੰਜਾਬ ਸਰਕਾਰ ਦਿਖਾਈ ਦੇ ਰਹੀ ਹੈ ਅਤੇ ਕੀ ਕਹਿੰਦੇ ਨੇ ਬਿਕਰਮ ਸਿੰਘ ਮਜੀਠੀਆ, ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਜੋ ਸੁਲਤਾਨਪੁਰ ਲੋਧੀ ਗੁਰਪੁਰਬ ਤੋਂ ਪਹਿਲਾਂ ਔਰ ਜਿਸ ਇੰਸੀਡੈਂਟ ਨੂੰ ਅੱਜ ਲਗਭਗ 50 ਦਿਨ ਪੂਰੇ ਹੋ ਗਏ ਆ ਔਰ ਜਿੱਥੇ ਇਹ ਚੀਫ ਮਿਨਿਸਟਰ ਭਗਵੰਤ ਮਾਨ ਦੀ ਇਸ਼ਾਰੇ 'ਤੇ ਚੱਲੀ ਹਜ਼ਾਰਾਂ ਕੁ ਗੋਲੀਆਂ ਔਰ ਸ਼੍ਰੀ ਅਖੰਡ ਪਾਠ ਸਾਹਿਬ ਜਿੱਥੇ ਖੰਡਿਤ ਕੀਤੇ ਗਏ ਹੋਣ, ਗੁਰੂ ਘਰ 'ਤੇ ਕਬਜ਼ਾ ਕੀਤਾ ਗਿਆ ਹੋਵੇ, ਕਿਸ ਤਰੀਕੇ ਗੁਰਪੁਰਬ ਤੋਂ ਪਹਿਲਾਂ ਅੰਮ੍ਰਿਤ ਵੇਲੇ ਇਹ ਸਾਰੇ ਜੋ ਤਾਨਾਸ਼ਾਹੀ ਰਵੱਈਆ ਸੀ ਮੁੱਖ ਮੰਤਰੀ ਦਾ, ਡਿਕਟਟੋਰੀਅਲ ਐਟੀਟਿਊਡ ਸੀ, ਕਿਵੇਂ ਕਾਨੂੰਨ ਨੂੰ ਸ਼ਿੱਕੇ 'ਤੇ ਟੰਗ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਅੱਜ ਉਹਦੇ ਬਾਰੇ ਕੁਛ ਵੀਡੀਓਜ਼ ਤੁਹਾਡੇ ਸਾਹਮਣੇ ਨੇ। ਮੈਂ ਤੁਹਾਡੇ ਤੋਂ ਚਾਹੂੰਗਾ, ਬਿਕੋਜ਼ ਯੂ ਵਿਲ ਹੈਵ ਟੂ ਬੇਅਰ ਵਿਦ ਮੀ, ਤੁਹਾਨੂੰ ਪੇਸ਼ੈਂਸ ਰੱਖਣੀ ਪੈਣੀ ਹੈ। ਮੇਰੇ ਕੋਲ ਕੋਈ 8-10 ਛੋਟੀਆਂ ਛੋਟੀਆਂ ਕਲਿੱਪਾਂ ਜਿਹੜੀਆਂ ਮੈਂ ਵੱਖ ਵੱਖ ਥਾਵਾਂ ਤੋਂ ਇਕੱਠੀਆਂ ਕੀਤੀਆਂ ਨੇ, ਜਿਹੜੀਆਂ ਸਾਫ਼ ਇੱਕ ਗੱਲ ਦਰਸਾਉਂਦੀ ਹੈ ਕਿ ਕੋਈ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨਹੀਂ ਸੀ। ਔਰ ਕਿਸੇ ਮੁੱਖ ਮੰਤਰੀ ਨੂੰ ਜਿੱਡਾ ਮਰਜ਼ੀ ਉਹ ਤਾਨਾਸ਼ਾਹ ਹੋਵੇ, ਜਿੱਡਾ ਮਰਜ਼ੀ ਵੱਡਾ ਉਹ ਡਿਕਟੇਟਰ ਹੋਵੇ, ਸਾਡੇ ਗੁਰੂ ਘਰਾਂ 'ਚ ਜੁੱਤੀਆਂ ਪਾ ਕੇ ਗੁਰੂ ਘਰਾਂ 'ਚ ਆਟੋਮੈਟਿਕ ਵੈਪਨ ਦੀ ਵਰਤੋਂ ਕਰਕੇ ਗੋਲੀਆਂ ਚਲਾਉਣ ਦਾ, ਜਾਂ ਗੁਰੂ ਘਰ 'ਚ ਅਖੰਡ ਪਾਠ ਸਾਹਿਬ ਗੁਰਪੁਰਬ ਨੂੰ ਸਮਰਪਿਤ ਚੱਲਦੇ ਹੋਣ, ਉਹਨੂੰ ਖੰਡਿਤ ਕਰਨ ਦੀ ਇਜਾਜ਼ਤ ਨਹੀਂ ਹੈ। ਇਟ ਇਜ਼ ਅ ਕਲੀਅਰ ਰਿਮਾਈਂਡਰ ਆਫ ਜੋ 1984 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਸੀ। ਠੀਕ ਹੈ, ਫਰਕ ਇੰਨਾ ਜ਼ਰੂਰ ਹੈ ਕਿ ਉੱਥੇ ਟੈਂਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਗੋਲੇ ਦਾਗੇ ਗਏ, ਇੱਥੇ ਟੈਂਕ ਤੋਪ ਤਾਂ ਨਹੀਂ ਵਰਤੇ ਗਏ ਮਗਰ ਕਸਰ ਛੱਡੀ ਵੀ ਕੋਈ ਨਹੀਂ ਗਈ। ਔਰ ਕਿਸ ਤਰੀਕੇ ਨਾਲ ਦੇਖੋ, ਚੰਦੀ ਤੁਹਾਡੀ ਜਲੰਧਰ ਦੀ ਪ੍ਰੈਸ ਇੱਕ ਬੜੀ ਨਾਮੀ ਪ੍ਰੈਸ ਹੈ। ਅੱਜ ਚਰਨਜੀਤ ਨੂੰ ਮੈਂ ਤਾਂ ਵੀ ਨਾਲ ਲੈ ਕੇ ਆਇਆ ਕਿਉਂਕਿ ਇਹਦਾ ਫੋਨ ਖੋਇਆ ਗਿਆ ਹੋਵੇ, ਇਹਦੇ ਕੈਮਰਾਮੈਨ ਦੀ ਕੀ ਨਾਮ ਦਾ ਬਲਵਿੰਦਰ ਸਿੰਘ, ਉਹਦੀਆਂ ਉਂਗਲਾਂ ਤੋੜੀਆਂ ਗਈਆਂ ਹੁਣ, ਇਹਨੇ ਆਪ ਸ਼ਿਕਾਇਤ ਕੀਤੀ ਗਈ ਹੋਵੇ SSP ਨੂੰ, ਐਂਡ ਦੇਰ ਇਜ਼ ਨੋ ਐਕਸ਼ਨ। ਔਰ ਨਾਲ ਹੀ ਇਹਨਾਂ ਦੇ ਕੰਨ ਦਾ ਜਿਹੜਾ ਪਰਦਾ ਫਟਿਆ ਸੀ ਉਹ ਆਲਰੇਡੀ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਸੀ। ਕਿਹੜਾ ਕਾਨੂੰਨ ਹੈ, ਵਿਚ ਲਾਅ, ਇਹ ਜ਼ਰੂਰ ਭਗਵੰਤ ਮਾਨ ਜੀ ਦੱਸਣ ਕਿ ਕਿਹੜੇ ਕਾਨੂੰਨ ਦਾ ਸਹਾਰਾ ਲੈ ਰਹੇ ਹੈ ਕਿ ਉਹਨਾਂ ਨੂੰ ਇਹ ਸਾਰੀ ਚੀਜ਼ਾਂ ਦੀ ਇਜਾਜ਼ਤ ਦਿੰਦਾ ਹੈ ਇਹ ਗੈਰ ਕਾਨੂੰਨੀ ਕੰਮ ਕਰਨ ਵਾਸਤੇ। ਔਰ ਨਾਲ ਹੀ ਲਖਵਿੰਦਰ ਸਿੰਘ ਜੀ ਬੈਠੇ ਜਿਹੜੇ ਉਸ ਦਿਨ ਦੇ ਚਸ਼ਮਦੀਦ ਗਵਾਹ ਨੇ, ਔਰ ਇਹਨਾਂ ਦੋਵਾਂ ਨੂੰ
ਥਰੈਟਸ ਆ ਰਹੀਆਂ ਨੇ ਪੁਲਿਸ ਵਾਲਿਆਂ ਵੱਲੋਂ ਕਿ ਤੁਸੀਂ ਚੁੱਪ ਕਰ ਜਾਓ ਨਹੀਂ ਤਾਂ ਤੁਹਾਡੇ ਜਾਂ ਤੁਹਾਡੇ ਪਰਿਵਾਰ ਨੂੰ ਝੂਠੇ ਕੇਸ 'ਚ ਫਸਾ ਦੇਵਾਂਗੇ। ਜੇ ਕੋਈ ਗੁਰੂ ਦੀ ਗੱਲ ਕਰੇ, ਸੱਚ ਦਾ ਸਾਥ ਦੇਵੇ, ਉਹਦਾ ਇਹ ਅਸਰ ਹੋਣਾ ਹੈ। ਇਹ ਤੁਹਾਡੇ ਸਾਹਮਣੇ ਆਈ ਥਿੰਕ ਇਹ ਡੈਮੋਕਰੇਸੀ ਲਈ ਬੜਾ ਚਿੰਤਾ ਦਾ ਵਿਸ਼ਾ। ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ, ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਇੱਥੇ ਇੱਕ ਓਲਡ ਮਾਪੇ ਆਏ ਸੀ ਜਿਨ੍ਹਾਂ ਦੀ ਬੇਟੀ ਦਾ ਵਿਆਹ ਸੀ, ਜਿਨ੍ਹਾਂ ਦੇ ਉਸ ਗੁਰਪ੍ਰੀਤ ਸਿੰਘ ਤੇ ਬਘੇਲ ਸਿੰਘ ਨੂੰ ਜਿਹੜੇ ਮੱਥਾ ਟੇਕਣ ਗਏ ਸੀ ਉਹਨਾਂ ਨੂੰ ਚੱਕ ਕੇ ਝੂਠਾ ਕੇਸ ਉਹਨਾਂ ਤੇ ਪਾ ਦਿੱਤਾ ਸੀਗਾ ਕਿ ਇਹ ਵੀ ਬਾਬੇ ਮਾਨ ਸਿੰਘ ਹੋਰਾਂ ਦੇ ਨਾਲ ਹੈ। ਉਹ ਅਖੀਰ 'ਚ ਕੋਰਟ 'ਚੋਂ ਡਿਸਚਾਰਜ ਹੋ ਗਿਆ ਕਿਉਂਕਿ ਸਾਰੇ ਸਬੂਤ ਉਹ ਸਾਹਮਣੇ ਆ ਗਏ, ਉਹ ਬਰੀ ਹੋ ਗਏ ਕਿ ਉਹ ਮੌਕੇ ਤੇ ਸੀ ਨਹੀਂ। ਸੋ ਝੂਠੇ ਕੇਸੇ ਪਾ ਕੇ ਕਿਵੇਂ ਬੱਚਿਆਂ ਨੂੰ ਇਲੀਗਲ ਕਨਫਾਈਨਮੈਂਟ, ਝੂਠੇ ਕੇਸ ਪਾਏ ਗਏ, ਸਾਰੀ ਚੀਜ਼ਾਂ ਮੈਂ ਤੁਹਾਡੇ ਅੱਗੇ 2 ਮਿੰਟ ਰੱਖਣ ਲੱਗਿਆ ਸੋ ਦੈਟ ਤੁਹਾਨੂੰ ਕਲੈਰਿਟੀ ਆ ਜਾਣ। ਦਿਸ ਇਜ਼ ਵਿਦ ਐਵੀਡੈਂਸ। ਸੋ ਸਟਾਰਟ ਕਰ ਦਿਓ ਜੀ ਫਸਟ ਵੀਡੀਓ। ਹਾਂਜੀ, ਪਹਿਲੀ ਵੀਡੀਓ ਭਾਵੇਂ ਥੋੜੀ ਰੈਪੀਟੇਟਿਵ ਵੀ ਹੋਊਗੀ, ਗੁਰੂ ਘਰ ਦਾ ਡਿਸਟੈਂਸ, ਬੇਰ ਸਾਹਿਬ ਦਾ ਤੇ ਅਕਾਲ ਬੂੰਗਾ ਸਾਹਿਬ ਦਾ। ਆਹ ਤੁਸੀਂ ਸਾਹਮਣੇ ਵੇਖ ਰਹੇ ਹੋ ਬੇਰ ਸਾਹਿਬ ਦੀ ਐਂਟਰੈਂਸ, 30 ਫੁੱਟ ਦਾ ਫਰਕ ਹੈ। ਇਹ ਅਕਾਲ ਬੂੰਗਾ ਸਾਹਿਬ, ਇਹ ਇਕੱਲਾ ਤੁਹਾਨੂੰ ਇੱਕ ਕਿ ਹਾਲਾਤ ਕੀ ਬਣ ਰਹੇ ਸੀ ਉੱਥੇ। ਅਗਲੀ ਵੀਡੀਓ ਜੀ, ਇਹ 22 ਤਰੀਕ ਨੂੰ ਸ਼ਾਮ ਦੀ ਲਾ ਲਓ 3-4 ਵਜੇ ਦੀ, ਜਦੋਂ SSP ਸਾਹਿਬ ਤੇ ਉੱਥੇ ਸਾਰੇ ਮੁਆਇਨਾ ਕਰਦੇ ਫਿਰ ਰਹੇ, ਮਤਲਬ ਸ਼ਾਂਤਮਈ ਮਾਹੌਲ ਹੈ। ਇਹ ਵੀਡੀਓ ਦਰਸਾ ਰਹੀ ਹੈ ਕਿ ਕੋਈ ਲਾਅ ਐਂਡ ਆਰਡਰ ਦਾ ਉੱਥੇ ਸਿਚੁਏਸ਼ਨ ਨਹੀਂ ਹੈ। ਆਹ ਤੁਹਾਡੇ ਸਾਹਮਣੇ ਹੈ ਜੀ, ਇਹ ਗੁਰੂ ਘਰ ਦੇ ਪਿਛਲੇ ਪਾਸਿਓ, ਲੰਗਰ ਵਾਲੇ ਪਾਸਿਓ। ਹਾਂਜੀ, ਪਹਿਲੀ ਵੀਡੀਓ ਇੱਕ ਵਾਰੀ ਦਿਖਾ ਦੇਖਣ ਜੀ, ਫਿਰ ਕਿ ਆਈ ਵਿਲ ਸੈਂਡ ਇਟ ਐਵਰੀਥਿੰਗ ਟੂ ਯੂ, ਮੈਂ ਲਿਖਿਆ ਹੋਇਆ ਵੈਸੇ ਉਹਦੇ ਥੱਲੇ। ਆਹ ਦੂਜੀ ਵੀਡੀਓ ਜੀ, ਇਹ ਸ਼ਾਮ ਦੀ ਵੀਡੀਓ, ਉਹ ਜਿਹੜੀ ਅਥਰੂ ਗੈਸ ਤੇ ਪਾਣੀ ਦੀਆਂ ਬਿਚਾਰਿਆਂ ਦੀ ਤਾਂ ਮਸ਼ੀਨ ਦੀ ਲੋੜ ਹੀ ਕੋਈ ਨਹੀਂ, ਉੱਥੇ ਦਾ ਧਰਨਾ ਚੱਲ ਹੀ ਕੋਈ ਨਹੀਂ ਰਿਹਾ। ਇੱਕ ਮਿੰਟ ਚਲਾ ਦਿਓ ਨਾ ਆਰਾਮ ਨਾਲ। ਹਾਂ, ਇਹ ਸਾਰਾ ਕੁਛ ਜੀ ਇਜ਼ ਬਿਫੋਰ ਐਂਡ ਦੈਨ ਔਨ ਡੇ ਆਫ ਦੀ ਇੰਸੀਡੈਂਟ, ਐਂਡ ਇਟ ਇਜ਼ ਓਨਲੀ 1 ਵੀਡੀਓ ਵਿਚ ਇਜ਼ ਐਟ 10 o'clock ਇਨ ਦਾ ਮਾਰਨਿੰਗ, ਜਦੋਂ ਇਹ ਫਾਇਰਿੰਗ ਹੋ ਗਈ 9-10 ਵਜੇ ਜਿਹੜੀ ਸਵੇਰ। ਇਹ ਸਭ 22 ਤਰੀਕ ਦੀ ਹੈ ਜੀ। ਦੂਜੀ ਵਾਰ ਗਸ਼ਤ ਦੌਰਾਨ ਨਿਹੰਗ ਸਿੰਘਾਂ ਦੀ ਪੁਲਿਸ ਨਾਲ ਤਕਰਾਰਬਾਜ਼ੀ 22 ਨਵੰਬਰ, ਮਤਲਬ ਗੱਲ ਚੱਲ ਰਹੀ ਹੈ ਜੀ। ਜੇ ਤੁਸੀਂ ਗੱਲ ਨਾਲ ਗੱਲ ਕਰ ਸਕਦੇ ਸੀ ਤੇ ਉੱਥੇ ਅਟੈਕ ਦੀ ਲੋੜ ਕੀ ਪੈ ਗਈ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਉਹ ਵੀਡੀਓ ਤੂੰ ਲਿਆਇਆ ਨਹੀਂ, ਵੈਸੇ ਮੈਂ ਤੁਹਾਨੂੰ ਸੈਂਡ ਕਰੂੰਗਾ। ਪੁਲਿਸ ਆਉਂਦੀ ਹੈ ਪਹਿਲਾਂ, ਆਈ ਸ਼ੋਡ ਯੂ ਦਾ ਫਸਟ ਵੀਡੀਓ, ਜਦੋਂ SSP ਆਪ ਮੌਕੇ ਤੇ ਆਉਂਦਾ 4:30-5 ਵਜੇ, ਫਿਰ ਉਹ 5 ਵਜੇ ਵਾਲੀ ਪਹਿਲੀ ਵੀਡੀਓ ਵਿਖਾਈ ਹੈ ਜਿਹ 'ਚ SSP ਸਾਹਿਬ, ਆਹ ਜਿਹੜੀ ਵੀਡੀਓ ਹੈ, ਦੈਟ ਸ਼ੀ ਇਜ਼ ਆਈ ਥਿੰਕ ਵਾਸਲਾ ਗੁਪਤਾ ਜੀ, ਇਹ ਜਿਹਾ ਹੀ ਨਾਂ ਹੈ, ਵਸਲਾ ਗੁਪਤਾ ਜੀ।
ਇਹ ਆਪ ਮੌਕੇ ਤੇ ਉੱਥੇ ਹਾਜ਼ਰ ਹੈ, ਫਿਰ ਆਉਂਦੀ ਹੈ ਕਿ ਗਸ਼ਤ ਕਰਦੀ ਹੈ। ਇਹ ਇਹਨਾਂ ਦਾ ਮਨ ਸੀ ਕਬਜ਼ਾ ਕਰਨ ਦਾ ਉੱਥੇ, ਇਹ 4 ਵਜੇ ਪਹਿਲਾਂ ਆਏ, ਫਿਰ 7 ਵਜੇ ਆਏ, ਫਿਰ 9-10 ਵਜੇ ਆਏ, 10:30 ਆਏ, ਔਰ ਫਿਰ ਫਿਰ ਸਵੇਰੇ 4 ਵਜੇ ਇਹਨਾਂ ਨੇ ਧਾਵਾ ਬੋਲਿਆ। ਦੱਸੋ ਆ ਤੁਹਾਨੂੰ ਆ ਉੱਥੇ ਮਾਰਚ ਕੱਢਦਿਆਂ ਦੀ ਇਹ 3rd time ਹੈ, ਵਿੱਚ ਇੱਕ ਵਾਲੀ ਮਿਸ ਹੋ ਗਈ, ਆਈ ਵਿਲ ਸੈਂਡ ਇਟ। ਨਹੀਂ ਦਿਖਾ ਦਿਓ ਨਾ ਤੁਸੀਂ, ਕਾਲੀ ਨਾਲ ਕਿਉਂ ਕੱਟੀ ਜਾ ਰਹੇ, ਨਾਲ ਹੀ ਉਹ ਵੀਡੀਓ ਕੱਢ ਲੈ ਜਿਹੜੀ ਇਹ ਦਿਖਾਉਂਦੇ ਸੀ, ਪੁਲਿਸ ਆਈ ਸੀ ਗਈ। ਹੁਣ ਮੈਨੂੰ ਗੱਲ ਦੱਸੋ, ਸ਼ਾਂਤਮਈ ਦੁਕਾਨਾਂ ਲੱਗੀਆਂ, ਵਿੱਚ ਲਾਅ ਐਂਡ ਆਰਡਰ ਪ੍ਰੋਬਲਮ ਇਜ਼ ਹੈਪਨਿੰਗ। ਇੰਟੈਂਸ਼ਨ ਵਾਸ ਟੂ ਪਲੀਜ਼ ਦਾ ਸੀਐਮ, ਸੀਐਮ ਖੁਸ਼ ਕਰਨਾ ਸੀ, ਸੀਐਮ ਦਾ ਪਰਿਵਾਰ ਖੁਸ਼ ਕਰਨਾ ਸੀ ਜਿਹੜਾ ਉੱਥੇ ਨੌਕਰੀ ਕਰਦੇ ਆ। ਇਹ ਹਾਲਾਤ ਗੁਰਪੁਰਬ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਖੰਡਿਤ ਕਰਨੇ, ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੁਸੀਂ ਆਪ ਕਹਿੰਦੇ ਸੀ ਕਿ ਚੀਫ ਮਿਨਿਸਟਰ ਦੇ ਹੁਕਮ ਬਗੈਰ ਗੋਲੀ ਨਹੀਂ ਚੱਲਦੀ, ਤਾਂ ਸਾਰਾ ਖੇਡ ਹੀ ਚੀਫ ਮਿਨਿਸਟਰ ਨੇ ਰਚਿਆ, ਸਾਰੀ ਪਲੈਨਿੰਗ। ਪੁਲਿਸ ਆਈ, ਪੁਲਿਸ ਮੁੜ ਗਈ, ਪੁਲਿਸ ਫੇਰ ਆਈ, ਪੁਲਿਸ ਫੇਰ ਮੁੜ ਗਈ। ਕਿਉਂ? ਕਿਉਂਕਿ ਉਦੋਂ ਲੋਕਾਂ ਦਾ ਤੇ ਮੀਡੀਆ ਦਾ ਪਹਿਰਾ ਜ਼ਿਆਦਾ ਸੀ, ਉਹਨਾਂ ਨੇ ਸੀਗਾ ਕਿ ਇਹ ਰਿਕਾਰਡਿੰਗ ਨਾ ਹੋ ਜੇ। ਦੈਨ ਦੇ ਅਗੇਨ ਕੇਮ ਐਟ 10 o'clock ਥਿੰਕਿੰਗ ਕਿ ਪੁਲਿਸ ਸ਼ਾਇਦ ਲੋਕ ਘੱਟ ਜਾਣਗੇ, ਕਿਉਂਕਿ ਗੁਰਪੁਰਬ ਕਰਕੇ ਸੰਗਤ ਘੱਟੀ ਨਹੀਂ, ਉਹ ਫੇਰ ਮੁੜ ਗਏ। ਮਗਰ ਫੇਰ ਅਖੀਰ 'ਚ ਉਹਨਾਂ ਨੇ ਸਵੇਰੇ 5 ਵਜੇ ਇਹ ਧਾਵਾ ਬੋਲਿਆ। ਹੁਣ ਅਗਲੀ ਗੱਲ, ਇਹ ਮੇਨ ਵੀਡੀਓ ਮੈਂ ਸੁਣਾਉਣ ਲੱਗਿਆ ਫੋਰ ਯੋਰ ਨੌਲੇਜ ਕਿ ਕਿੰਨਾ ਆਟੋਮੈਟਿਕ ਵੈਪਨ ਦੀ ਉੱਥੇ ਫਾਇਰਿੰਗ ਹੋਈ ਆ, ਇਹ ਵੇਖ ਲਓ ਜੀ। ਸੱਚ ਇੱਕ ਆ, ਬੜੀ ਧਿਆਨ ਨਾਲ ਸੁਣਿਓ ਜੀ, ਆਈ ਵਾਂਟ ਯੂ ਟੂ, ਇਹ ਆਡੀਓ ਮੈਂ ਤੈਨੂੰ ਕਿਹਾ ਸੀ ਸਪੀਕਰ, ਇਹ ਸਪੀਕਰ 'ਚ ਬੜੇ ਧਿਆਨ ਨਾਲ ਸੁਣਿਓ। ਦਿਸ ਇਜ਼ DSP ਜਸਪ੍ਰੀਤ ਸਿੰਘ, ਇਹ ਫਗਵਾੜੇ ਲੱਗੇ ਆ। ਹੁਣ ਇਹ ਕੀ ਕਹਿ ਰਿਹਾ, ਕਹਿੰਦੇ ਅਸਲਾ ਲੈ ਕੇ ਆਵਾਂਗੇ ਆਪਣੇ ਕੋਲ ਥਾਣੇ 'ਚ, ਕੁਛ ਅਸਲਾ ਇੱਥੇ ਪਿਆ, ਕੁਛ ਅਸਲਾ ਥਾਣੇ 'ਚੋਂ ਲੈ ਕੇ ਆਵਾਂਗੇ। ਇੰਟੈਂਸ਼ਨ ਵਾਜ ਵੈਰੀ ਕਲੀਅਰ ਕਿ ਬਾਏ ਹੁੱਕ ਔਰ ਕਰੁੱਕ ਧੱਕੇ ਨਾਲ ਇਹ ਕਬਜ਼ਾ ਅਸੀਂ ਲੈਣਾ ਲੈਣਾ। ਇਹਦੀ ਸ਼ਬਦਾਵਲੀ ਹੁਣ ਮੈਂ ਸੁਣਾ ਰਿਹਾ ਕਿਹਨੂੰ, SSP ਗੁਪਤਾ ਜੀ ਨੂੰ, ਤੇ ਨਾਲ ਹੀ DIG ਜਾਂ IG ਸਾਹਿਬ ਜਿਹੜੇ ਐਸ ਭੁਪਤੀ ਸਾਹਿਬ ਹੈ, ਉਹ ਵੀ ਮੌਕੇ ਤੇ ਖਲੋਤੇ ਆ। ਜਦੋਂ ਪੁਲਿਸ ਹੀ ਪਲੈਨਿੰਗ ਕਰਦੀ ਹੋਈ ਇਹ ਗੱਲਾਂ ਕਰਦੇ ਆ ਨਾ ਜੀ, ਸੱਜੇ ਖੱਬੇ ਦੀਆਂ, ਆ ਚਸ਼ਮਦੀਦ ਗਵਾਹ ਕਹਿ ਲਓ, ਵੀਡੀਓ ਕਹਿ ਲਿਓ, ਸਾਰੀ ਗੱਲ ਤੁਸੀਂ ਧਿਆਨ ਨਾਲ ਸੁਣਿਓ। ਇਹਦੇ ਚ ਨਾ ਜੀ, ਆਈ ਐਮ ਸ਼ੋਇੰਗ ਯੂ 4 ਪੀਪਲ, ਇੱਕ ਤਾਂ SSP, ਇੱਕ ਭੁਪਤੀ ਜੀ, ਇੱਕ ਆ DSP ਜਸਪ੍ਰੀਤ ਜਿਹੜਾ ਵੈਪਨ ਲਿਆਉਣ ਦੀ ਗੱਲ ਕਰਦਾ, ਇੱਕ ਸਬ ਇੰਸਪੈਕਟਰ ਜਸਪਾਲ ਸਿੰਘ ਆ ਜਿਹੜਾ ਬੂਟਾ ਨਾਲ AK-47, ਇਸ ਵੀਡੀਓ 'ਚ ਵੀ ਹੈ, ਮੁੜ ਕੇ ਹੀ ਇਹ ਸੀਨ ਵਿਦ AK-47 ਆ ਆ ਆ ਲਓ ਜੀ, ਆ ਮੈਂ ਪ੍ਰਿੰਟ ਦਿਖਾ ਰਿਹਾ। ਆ SSP ਸਾਹਿਬ, ਇਹ DSP, ਇਹ ਭੁਪਤੀ ਸਾਹਿਬ,
ਤੇ ਇਹ ਉਹ ਜਸਪਾਲ ਸਿੰਘ ਜਿਹੜਾ ਆ ਖੜਾ ਹੈ ਆ ਵੈਪਨ ਨਾਲ ਵਿਦ ਦ ਵੈਪਨ ਗੁਰੂ ਘਰ ਦੇ ਅੰਦਰ ਬੂਟ ਪਾ ਕੇ AK-47 ਦੇ ਫਾਇਰ ਕੱਢਦਾ ਹੋਇਆ। ਦੱਸੋ ਇਹ ਜੀ ਚਸ਼ਮਦੀਦ ਤੁਸੀਂ ਕਹਿ ਲਓ ਜਾਂ ਆਈ ਓਪਨਿੰਗ ਵੀਡੀਓਸ ਤੁਹਾਡੇ ਸਾਹਮਣੇ ਜਿਹਦੇ 'ਚ ਆਪ ਕਹਿ ਰਿਹਾ ਕਿ ਅਸਲਾ ਲੈ ਕੇ ਆਉਣ, ਉਹ ਧਿਆਨ ਨਾਲ ਸੁਣਾ ਦੇ ਮੇਰਾ ਵੀ। ਐਂਡ 1 ਸੈਕਿੰਡ ਐਂਡ ਮਿਸਟਰ ਭੂਪਤੀ ਇਜ਼ 24/7 ਔਨ ਦਾ ਲਾਈਨ, ਫੋਨ ਤੇ ਨੇ ਵਿਦ ਚੀਫ ਮਿਨਿਸਟਰ ਭਗਵੰਤ ਮਾਨ, ਇੱਕ ਇੱਕ ਮਿੰਟ ਦੀ ਗੱਲ ਦੱਸ ਰਹੇ ਉਹਨਾਂ ਨੂੰ। ਧਿਆਨ ਨਾਲ ਦੇਖੋ, ਉਹਨਾਂ ਦੇ ਕੰਨ 'ਚ ਫੋਨ ਲੱਗਿਆ ਹੀ ਰਹਿੰਦਾ ਜਦੋਂ ਜਿੰਨੀ ਵੀਡੀਓ ਆਉਣਗੀਆਂ। ਚਲੋ ਮੈਂ ਨਾ ਜੀ ਇਹ ਤੁਹਾਨੂੰ ਆਡੀਓ ਧਿਆਨ ਨਾਲ ਭੇਜ ਦਿਆਂਗਾ। ਵੈਪਨ ਦੀ ਗੱਲ ਆਪਾਂ ਚੱਲਦੇ ਆ, ਵੈਪਨ ਥਾਣੇ ਤੋਂ ਆ ਜਾਣਗੇ। ਇਹ ਗੱਲ ਸਾਰੇ ਆਪਸ 'ਚ ਏਡੇ ਆਲਾ ਅਫਸਰ ਗੱਲ ਕਰ ਰਹੇ ਆ। ਜੇ ਤੁਸੀਂ ਚਾਹੋ ਤਾਂ ਮੈਂ ਰੀਪਲੇ ਕਰਕੇ ਸੁਣਾ ਦਿੰਦਾ ਜਾਂ ਮੈਂ ਤੁਹਾਨੂੰ ਸੈਂਡ ਕਰ ਦੂੰ।